ਹਫਤੇ ਪਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਸਾਸ਼ਟ੍ਰੀ ਕਾਲ ਜੀ ਪਰਨਕਾਰਮਾਂ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਟੀਵੀ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਵਾਰੇ ਰਾਹਤ ਦੀ ਖਬਰ ਹੈ ਦਿੱਲੀ ਸਰਕਾਰ ਨੇ ਵਿਦੇਸ਼ ਜਾਣ ਵਾਲੇ ਅੱਧੇ ਲੋਕਾਂ ਨੂੰ ਜਾਰੀ ਕੀਤੇ ਨੇ ਪਰਮਿਟ ਅਮਰੀਕਾ ਵਿੱਚ ਹਵਾਵਾਜ਼ੀ ਕੰਪਨੀਆਂ ਨੇ 1500 ਤੋਂ ਵੱਧ ਉਡਾਣਾਂ ਕੀਤੀਆਂ ਰੱਦ ਕਿਊਬੈਕ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੂਰ ਨਹੀਂ ਮਿਲੇਗਾ ਵਰਕ ਪਰਮਿਟ ਕੈਨੇਡਾ ਦੇ ਹਵਾਈ ਅੱਡਿਆਂ ਤੇ ਕੋਰੋਨਾ ਟੈਸਟ ਬੰਦ ਕੈਨੇਡਾ ਵਿੱਚ ਕੱਚੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮਿਲੇਗਾ ਨਵਾਂ ਮੌਕਾ ਸਰਵਿਸ ਕੈਨੇਡਾ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਨੇ 43 ਲੱਖ ਪਾਸਪੋਰਟਰਸੀਆਂ ਯਾਤਰੀਆਂ ਕੋਲ ਵੈਲਿਡ ਟਿਕਟ ਹੋਣ ਤੇ ਬੋਰਡਿੰਗ ਤੋਂ ਇਨਕਾਰ ਕਰਨਾ 에ਅਰਲਾਈਨਾਂ ਨੂੰ ਪਏਗਾ ਮਹਿੰਗਾ ਦੇਣਾ ਹੋਏਗਾ ਮੁਆਵਜ਼ਾ ਮੈਕਸੀਕੋ ਵਿੱਚ ਇੱਕ ਟਰੱਕ ਵਿੱਚ ਸਵਾਰ ਮਿਲੇ ਭਾਰਤ ਸਮੇਤ 16 ਦੇਸ਼ਾਂ ਦੇ 368 ਪ੍ਰਵਾਸੀ ਯੂਕੇ ਦੇ ਹਵਾਈ ਅੱਡਿਆਂ ਦੇ ਕਾਮਿਆਂ ਦੀ ਘਾਟ ਕਾਰਨ ਉਡਾਣਾਂ 'ਚ ਘਟौती 10 ਤੋਂ 15 ਫੀਸਦੀ ਤੱਕ ਕਿਰਾਇਆ ਵਧਾਉਣ ਦੀ ਤਿਆਰੀ ਵਿੱਚ 에어ਲਾਈਨ ਕੰਪਨੀਆਂ ਨਿਊਜ਼ੀਲੈਂਡ ਨੇ ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ ਸਰਕਾਰ ਨੇ ਲਈ ਅਹਿਮ ਫੈਸਲੇ ਚੀਨ ਨੇ 2 ਸਾਲ ਪਹਿਲਾਂ ਭਾਰਤੀਆਂ ਤੇ ਲਾਈ ਕੋਵਿਡ ਵੀਜ਼ਾ ਪਾਬੰਦੀ ਹਟਾ ਦਿੱਤੀ ਹੈ ਖੇਤਰੀ ਪਾਸਪੋਰਟ ਅਧਿਕਾਰੀਆਂ ਵੱਲੋਂ ਪੀਸੀਸੀ ਅਪਾਇੰਟਮੈਂਟ ਕੋਟਾ ਰੋਜ਼ਾਨਾ 600 ਕੀਤੇ ਜਾਣ ਨਾਲ ਵਿਨੇਕਾਰਾਂ ਨੂੰ ਇਸ ਹਫਤੇ ਵੱਡੀ ਰਾਹਤ ਮਿਲਣ ਦੀ ਖਬਰ ਆਈ ਹੈ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ ਸ਼ੁਰੂਆਤ ਕਰਦੇ ਹਾਂ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਤੋਂ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮੰਗ ਕਰ ਰਹੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ ਇੱਕ ਵਾਰ ਫਿਰ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦਿੱਲੀ ਸਰਕਾਰ ਨੇ ਇਸ ਸਾਲ ਵਿਦੇਸ਼ ਜਾਣ ਵਾਲੇ ਲਗਭਗ ਅੱਧੇ ਲੋਕਾਂ ਨੂੰ ਪਰਮਿਟ ਜਾਰੀ ਕਰ ਦਿੱਤੇ ਨੇ ਦਿੱਲੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਅਮਰੀਕਾ ਤੇ ਕੈਨੇਡਾ ਜਾਣ ਵਾਲੇ ਵੱਡੀ ਗਿਣਤੀ ਲੋਕਾਂ ਨੂੰ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਨੇ ਜਾਣਕਾਰੀ ਮੁਤਾਬਕ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣਕਾਰਾਂ ਨੇ ਇਸ ਸਾਲ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਕਾਫੀ ਮੰਗ ਹੈ 10 ਦੇ ਇੱਕੀ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਅੰਤਰਰਾਸ਼ਟਰੀ ਉਡਾਣ ਵਿੱਚ ਕੁਝ ਰਿਯਾਇਤ ਦਿੱਤੀ ਗਈ ਹੈ ਜਿਸ ਕਾਰਨ ਮੰਗ ਵਧ ਗਈ ਹੈ ਕロナ ਮਹਾਮਾਰੀ ਦੇ ਕਾਰਨ ਫਲਾਈਟ ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਸ ਕਾਰਨ ਸਾਲ 2020 ਤੇ ਸਾਲ 2021 ਤੇ ਵਿੱਚ ਕਾਰ ਇਸ ਦੀ ਮੰਗ ਬਹੁਤ ਘੱਟ ਸੀ ਅੰਕੜਿਆਂ ਦੀ ਗੱਲ ਕਰੀਏ ਤਾਂ ਫਰਵਰੀ ਤੋਂ 7 ਜੂਨ ਤੱਕ 4286 ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਫਰਵਰੀ ਤੋਂ 7 ਜੂਨ ਦਰਮਿਆਨ ਕੈਨੇਡਾ ਲਈ 986 ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਗਏ ਜਦੋਂ ਕਿ ਅਮਰੀਕਾ ਲਈ ਅਜਿਹੇ ਪਰਮਿਟਾਂ ਦੀ ਗਿਣਤੀ 1158 ਜੇਕਰ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਕੈਨੇਡਾ ਲਈ ਫਰਵਰੀ ਵਿੱਚ 116 ਮਾਰਚ ਵਿੱਚ 212 April ਵਿੱਚ 302 ਮਈ ਵਿੱਚ 282 ਪਰਮਿਟ ਜਾਰੀ ਕੀਤੇ ਗਏ ਨੇ ਇੱਥੇ ਇਸ ਮਹੀਨੇ ਦੇ ਪਹਿਲੇ ਹਫਤੇ ਇਹ ਅੰਕੜਾ 74 ਤੱਕ ਪਹੁੰਚ ਗਿਆ ਹੈ ਹਵਾਵਾਜ਼ੀ ਕੰਪਨੀਆਂ ਨੇ ਵੀਰਵਾਰ ਨੂੰ ਅਮਰੀਕਾ ਵਿੱਚ 1500 ਤੋਂ ਬਾਅਦ ਉਡਾਣਾ ਰੱਦ ਕਰ ਦਿੱਤੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀਰਵਾਰ ਦਾ ਦਿਨ ਯਾਤਰਾ ਕਰਨ ਦੇ ਲਿਹਾਜ਼ ਨਾਲ ਹੁਣ ਤੱਕ ਤੇ ਸਭ ਤੋਂ ਖਰਾਬ ਦਿਨਾਂ ਵਿੱਚੋਂ ਇੱਕ ਰਿਹਾ ਨਿਗਰਾਨੀ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ ਨਿਊਯਾਰਕ ਦੇ ਲਗਾਡੀਆਂ ਹਵਾਈ ਅੱਡੇ ਤੇ ਇਖਤਿਹਾਈ ਤੋਂ ਵੱਧ ਉਡਾਣਾ ਪ੍ਰਭਾਵਿਤ ਹੋਈਆਂ ਨਿਊ ਜਰਸੀ ਨੇਰੇ ਨਿਵਾਕ ਲਿਬਰਟੀ ਹਵਾਈ ਅੱਡੇ ਤੇ ਇੱਕ ਚੌਥਾਈ ਤੋਂ ਵੱਧ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਕੁਝ ਹਫ਼ਤੇ ਪਹਿਲਾਂ ਹਵਾਵਾਜ਼ੀ ਕੰਪਨੀਆਂ ਨੇ ਮੈਮੋਰੀਅਲ ਡੇ ਵੀਕਐਂਡ ਦੇ ਆਸ-ਪਾਸ 5 ਦਿਨਾਂ ਦੀ ਮਿਆਦ ਵਿੱਚ ਲਗਭਗ 2800 ਉਡਾਣਾਂ ਰੱਦ ਕਰ ਦਿੱਤੀਆਂ ਸਨ ਹਵਾਵਾਜ਼ੀ ਕੰਪਨੀ ਦੇ ਮੁੱਖ ਕਾਰਜਕਾਰੀ ਪ੍ਰਬੰਧਕਾ ਨਾਲ ਅਮਰੀਕਾ ਦੇ ਟ੍ਰਾਂਸਪੋਰਟ ਮੰਤਰੀ ਜਨਨਕੀ ਟ੍ਰਾਂਸਪੋਰਟੇਸ਼ਨ ਮੰਤਰੀ ਪੀਟ ਬੂਟੀਗ ਨੇ ਕਿਹਾ ਹੈ ਕਿ ਆਨਲਾਈਨ ਮੀਟਿੰਗ ਕੀਤੀ ਗਈ ਹੈ ਬੂਟੀਗੀਕ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਅਸੀਂ ਯਾਤਰੀਆਂ ਲਈ ਭਰੋਸੇਯੋਗ ਸੇਵਾ ਪ੍ਰਦਾਨ ਕਰਵਾਉਣ ਦੇ ਮਾਮਲੇ ਵਿੱਚ ਉਹਨਾਂ ਤੇ ਭਰੋਸਾ ਕਰ ਰਹੇ ਹਾਂ ਹਵਾਵਾਜ਼ੀ ਕੰਪਨੀਆਂ ਕਰਮਚਾਰੀਆਂ ਖਾਸ ਤੌਰ ਤੇ ਪਾਇਲਟਾਂ ਦੀ ਕਮੀ ਨਾਲ ਜੂਝ ਰਹੀਆਂ ਨੇ ਜਿਸ ਨਾਲ ਉਹਨਾਂ ਦੀਆਂ ਯੋਜਨਾਬੱਧ ਉਡਾਣਾਂ ਨੂੰ ਚਲਾਉਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ ਪਾਇਲਟ ਯੂਨੀਅਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਕੰਪਨੀਆਂ ਉਹਨਾਂ ਪਾਇਲਟਾਂ ਦੇ ਸਥਾਨ ਤੇ ਹੋਰ ਪਾਇਲਟਾਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਵਿੱਚ ਹੋ ਰਹੀਆਂ ਨੇ ਜੋ ਮਹਾਮਾਰੀ ਦੀ ਸ਼ੁਰੂਆਤ ਵਿੱਚ ਸੇਵਾ ਮੁਕਤ ਹੋਏ ਜਾਂ ਗੈਰ ਹਾਜ਼ਰ ਸਨ ਕੈਨੇਡਾ ਵਿੱਚ ਪੜਨ ਜਾ ਰਹੇ ਵਿਦੇਸ਼ੀ ਨੌਜਵਾਨਾਂ ਦੇ ਉੱਥੇ ਪੱਕੇ ਹੋਣ ਦੇ ਮੌਕਿਆਂ ਵਿੱਚ ਓਪਨ ਵਰਕ ਪਰਮਿਟ ਰੀਡ ਦੀ ਹੱਡੀ ਵੱਜੋਂ ਸਹਾਇਤਾ ਕਰਦਾ ਹੈ। ਉਸ ਦੇਸ਼ ਵਿੱਚ ਕਿਊਬਾਕ ਇੱਕ ਅਜਿਹਾ ਪ੍ਰਾਂਤ ਹੈ ਜਿੱਥੇ ਨਿੱਜੀ ਕਾਲਜ ਤੋਂ ਪੜਾਏ ਖਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ। ਜਦਕਿ ਬਾਕੀ ਸਾਰੇ ਪ੍ਰਾਂਤਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਉਹਨਾਂ ਅਦਾਰਿਆਂ ਜਾਨਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਸ਼ਨਜ਼ ਵਿੱਚ ਪੜਨਾ ਜ਼ਰੂਰੀ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਫੰਡਿੰਗ ਜਾਨਕਿ ਸਬਸਿਡੀ ਵੀ ਦਿੱਤੀ ਜਾਂਦੀ ਹੋਵੇ। ਬਿਤੇ ਸਮੇਤੋ ਕੁਝ ਨਿੱਜੀ ਕਾਲਜਾਂ ਵੱਲੋਂ ਦਿਵਾਲਾ ਕੱਢਣ ਅਤੇ ਵਿਦੇਸ਼ੀ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈ ਕੇ ਉਗਰਾਹ ਕਰਕੇ ਦਿਵਾਲਾ ਕੱਢ ਦੇਣ ਅਤੇ ਹੋਰ ਤਾਂਦਲੀਆਂ ਚਰਚਿਤ ਰਹਿਣ ਤੋਂ ਬਾਅਦ ਹੁਣ ਕੈਨੇਡਾ ਅਤੇ ਕਿਊਬੈਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬੈਕ ਦੇ ਕਿਰਤ ਮੰਤਰੀ ਜ਼ੀਨ ਬੋਲੇ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ ਇਸ ਰੋਕ ਨਾਲ ਵਿਦੇਸ਼ਾਂ ਤੋਂ ਨਿੱਜੀ ਕਾਲਜਾਂ ਵਿੱਚ ਦਾਖਲੇ ਆਪਣੇ ਆਪ ਖਤਮ ਹੋ ਜਾਣੇ ਨੇ ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵੱਲ ਹੁੰਦਾ ਜਿਸ ਵਾਸਤੇ ਉੱਥੇ ਉਹਨਾਂ ਨੂੰ ਪੜ੍ਹਾਈਆਂ ਦੇ ਰਾਹਾਂ ਤੇ ਚੱਲਣਾ ਪੈਂਦਾ ਹੈ ਭਾਰਤ ਤੋਂ ਕਿਊਬੈਕ ਵਿੱਚ ਵਿਦਿਆਰਥੀਆਂ ਵਜੋਂ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਬੀਤੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਵਧੀ ਹੈ ਜੋ 2017 ਵਿੱਚ 26186 ਤੋਂ ਵੱਧ ਕੇ 2020 ਵਿੱਚ 14712 ਹੋ ਗਈ ਸੀ ਇਹ ਵੀ ਕਿ ਉਹਨਾਂ ਵਿੱਚ ਬਹੁਤ ਵੱਡੀ ਗਿਣਤੀ ਨੌਜਵਾਨ ਨਿੱਜੀ ਕਾਲਜਾਂ ਵਿੱਚ ਦਾਖਲਾ ਲੈ ਕੇ ਗਏ ਅਤੇ ਜਦ ਕਿਸੇ ਕਾਲਜ ਵੱਲੋਂ ਖੱਜਲ ਖਾਰ ਕੀਤਾ ਜਾਂਦਾ ਸੀ ਤਾਂ ਪਰੇਸ਼ਾਨ ਹੋਣ ਵਾਲੇ ਮੁੰਡੇ ਅਤੇ ਕੁੜੀਆਂ ਆਮ ਤੌਰ ਤੇ ਭਾਰਤੀ ਹੀ ਹੁੰਦੇ ਸਨ 코로나 ਦੇ ਹਾਲਾਤ ਕਾਬੂ ਹੋਣ ਅਤੇ ਲੋਕਾਂ ਨੂੰ ਹਵਾਈ ਸਫ਼ਰ ਕਰਨ ਦੇ ਖੁੱਲ ਮਲਣ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਆ ਜਾ ਰਹੇ ਮੁਸਾਫਰਾਂ ਦੀ ਵੱਡੀ ਭੀੜ ਲੱਗੀ ਰਹਿਣ ਲੱਗੀ ਹੈ ਜਿਸ ਦਾ ਸਤਿ ਸੱਚਾ ਪ੍ਰਬੰਧ ਕਰਨ ਦੇ ਯਤਨ ਵਜੋਂ ਦੇਸ਼ ਵਿੱਚ ਵਿਦੇਸ਼ਾਂ ਤੋਂ ਜਹਾਜ਼ਾਂ ਰਾਹੀਂ ਪੁੱਜਣ ਵਾਲੇ ਵਿਅਕਤੀਆਂ ਦੇ ਜੋ ਚੋਣਵੇਂ ਤਰੀਕੇ ਨਾਲ ਕੋਵਿਡ ਟੈਸਟ ਕੀਤੇ ਜਾਂਦੇ ਨੇ ਉਹ ਟੈਸਟ 30 ਜੂਨ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਕੈਨੇਡਾ ਦੇ ਆਵਾਜਾਈ ਮੰਤਰੀ ਉਮਾਰ ਅਲਗਬਰਾ ਦੇ ਐਲਾਨ ਅਨੁਸਾਰ ਕਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਦਾ ਟੈਸਟ ਨਹੀਂ ਕੀਤਾ ਜਾਏਗਾ ਪਰ 1 ਜੁਲਾਈ ਤੋਂ ਟੈਸਟ ਕਰਨ ਦੀ ਜਗ੍ਹਾ ਹਵਾਈ ਅੱਡੇ ਤੋਂ ਬਾਹਰ ਨਿਰਧਿਤ ਕੀਤੀ ਜਾਏਗੀ ਇਸੇ ਦੌਰਾਨ 온ਟਾਰੀਓ ਸਰਕਾਰ ਨੇ ਪ੍ਰਾਂਤ ਵਿੱਚ ਮਾਸਕ ਪਾਉਣ ਦੀ ਸ਼ਰਤ ਹਟਾ ਲਈ ਹੈ ਤੇ ਲੋਕਾਂ ਨੂੰ ਆਪਣੀ ਮਰਜ਼ੀ ਅਨੁਸਾਰ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਪਰ ਸੀਨੀਅਰ ਕੇਅਰ ਹੋਮਸ ਵਿੱਚ ਮਾਸਕ ਪਾਏ ਬਿਨਾ ਜਾਣ ਦਾ ਖੁੱਲ ਅਜੇ ਨਹੀਂ ਦਿੱਤੀ ਗਈ ਬ੍ਰੈਂਟਨ ਵਿੱਚ ਸਰਕਾਰੀ ਬਸਾਂ ਵਿੱਚ ਵੀ ਮਾਸਕ ਪਾਉਣ ਦੀ ਸ਼ਰਤ ਬੀਤੇ ਕੱਲ ਹਟਾ ਲਿਆ ਦਾ ਐਲਾਨ ਕੀਤਾ ਗਿਆ ਇਸ ਦੇ ਦੌਰਾਨ ਕਰੋਨਾ ਨੂੰ ਅਜੇ ਖਤਮ ਨਹੀਂ ਸਮਝਿਆ ਜਾ ਰਿਹਾ ਟੋਰੋਇਓਜ਼ ਬੀਤੇ ਹਫਤੇ 40 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ ਤੇ ਹਸਪਤਾਲਾਂ ਵਿੱਚ ਲਗਭਗ 500 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਕੈਨੇਡਾ ਵਿੱਚ ਜਾਣ ਅਤੇ ਰਹਿਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਵਿਚਾਰ ਅਧੀਨ ਪਈਆਂ ਅਰਜ਼ੀਆਂ ਦੀ ਗਿਣਤੀ ਹੁਣ 24 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ ਜੋ ਕਿ ਸਾਲ ਦੇ ਸ਼ੁਰੂ ਵਿੱਚ 18 ਲੱਖ ਦੇ ਕਰੀਬ ਸੀ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਲਈ ਨਵਾਂ ਪ੍ਰੋਗਰਾਮ ਤਿਆਰੀ ਅਧੀਨ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਦਾਖਲ ਹੋ ਸਕਣ ਵਾਲੇ ਵਿਦੇਸ਼ੀਆਂ ਨੂੰ ਪੱਕੇ ਇਮੀਗ੍ਰੇਸ਼ਨ ਦਾ ਮੌਕਾ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਸੰਸਦ ਵਿੱਚ ਮਤਾ ਪਾਸ ਹੋਣ ਬਾਅਦ ਅਗਲੇ 4 ਕਮਹੀਨਿਆਂ ਚ ਇਸ ਬਾਰੇ ਐਲਾਨ ਹੋਣ ਦੀ ਸੰਭਾਵਨਾ ਹੈ ਦੇਸ਼ ਵਿੱਚ ਕਾਮਯਾਦੀ ਘਾਟ ਦੇ ਚਲਦਿਆਂ ਕੈਨੇਡਾ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਮਾਇਰਾਂ ਲਈ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮ ਢਿੱਲੇ ਰੱਖੇ ਜਾਂਦੇ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੱਕੇ ਹੋਣ ਲਈ ਆਸਾਨ ਮੌਕੇ ਦੇਣ ਲਈ ਵੀ ਇਮੀਗ੍ਰੇਸ਼ਨ ਨਿਯਮ ਨਰਮ ਕੀਤੇ ਜਾ ਰਹੇ ਨੇ ਪਿਤੇ ਸਾਲ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਤੇ ਵਰਕ ਪਰਮਿਟ ਉੱਪਰ ਕੰਮ ਕਰ ਰਹੇ ਕਾਮਿਆਂ ਨੂੰ ਪੱਕੇ ਹੋਣ ਦੇ ਮੇਲੇ ਮੌਕੇ ਦਾ ਫਾਇਦਾ ਉਠਾ ਕੇ 84170 ਲੋਕਾਂ ਨੇ ਪੱਕੀ ਇਮੀਗ੍ਰੇਸ਼ਨ ਅਪਲਾਈ ਕੀਤੀ ਸੀ ਜਿਨ੍ਹਾਂ ਵਿੱਚੋਂ 2021 ਚ 23885 ਅਤੇ 2022 ਦੇ 30 ਅਪ੍ਰੈਲ ਤੱਕ 22190 ਅਰਜ਼ੀਆਂ ਸਵੀਕਾਰ ਕਰਕੇ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾ ਚੁੱਕੀ ਹੈ ਇਸ ਦੌਰਾਨ ਕੈਨੇਡਾ ਦੇ ਵੀਜ਼ਾ ਦੀ ਦੁਰਵਰਤੋਂ ਕਰ ਰਹੇ ਲੋਕਾਂ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਮੋੜਨ ਦਾ سلسلہ ਵੀ ਜਾਰੀ ਰਹਿੰਦਾ ਹੈ ਸਰਵਿਸ ਕੈਨੇਡਾ ਦੇ ਦਾਅਵੇ ਥੋਥੇ ਸਾਬਤ ਹੋ ਰਹੇ ਨੇ ਤੇ ਪਾਸਪੋਰਟ ਨਵਿਆਉਣ ਜਾਂ ਨਵਾਂ ਪਾਸਪੋਰਟ ਬਣਾਉਣ ਲਈ ਕਤਾਰ ਵਿੱਚ ਲੱਗੇ ਲੋਕਾਂ ਨੂੰ ਘੰਟਿਆਂ ਵੱੱਦੀ ਉਡੀਕ ਕਰਨੀ ਪੈ ਰਹੀ ਹੈ ਮਾਰਚ 2023 ਤੱਕ 43 ਲੱਖ ਪਾਸਪੋਰਟਰਸ ਦੀਆਂ ਆਉਣ ਦੀ ਪੇਸ਼ੰਗੋਈ ਨਹੀਂ ਕੈਨੇਡਾ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੂੰ ਕੰਪਨੀ ਛੇੜ ਦਿੱਤੀ ਹੈ ਜੋ ਪਾਸਪੋਰਟ ਬਣਾਉਣਾ ਤੇ ਨਵਿਆਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ 12 ਜੂਨ ਨੂੰ ਖਤਮ ਹੋਏ ਹਫ਼ਤੇ ਦੌਰਾਨ 72 ਫੀਸਦੀ ਕੈਨੇਡੀਅਨਸ ਨੂੰ ਨਵੇਂ ਪਾਸਪੋਰਟਸ ਲਈ 40 ਕੰਮਕਾਜੀ ਦਿਨ ਉਡੀਕ ਕਰਨੀ ਪਈ ਦੇ ਖੁਦ ਸਰਵਿਸ ਕੈਨੇਡਾ ਦੇ ਦਫਤਰ ਪਹੁੰਚਣ ਵਾਲਿਆਂ ਨੂੰ 10 ਕੰਮਕਾਜੀ ਦਿਨਾਂ ਦੇ ਅੰਦਰ ਪਾਸਪੋਰਟ ਮਿਲ ਗਿਆ ਯਾਤਰੀਆਂ ਨੂੰ ਬੋਰਡਿੰਗ ਤੋਂ ਇਨਕਾਰ ਕਰਨ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਸਖਤ ਹੋ ਗਿਆ ਹੁਣ ਜੇਕਰ ਕੋਈ ਵੀ 에어ਲਾਈਨ ਵੈਧ ਟਿਕਟ ਹੋਣ ਤੇ ਕਿਸੇ ਯਾਤਰੀ ਨੂੰ ਫਲਾਈਟ ਵਿੱਚ ਚੜਾ ਨਹੀਂ ਦਿੰਦੀ ਤਾਂ 에어ਲਾਈਨ ਕੰਪਨੀ ਯਾਤਰੀ ਨੂੰ ਮੁਆਵਜ਼ਾ ਦੇਗੀ ਇਹਨਾਂ ਯਾਤਰੀ ਨੂੰ ਮੁਆਵਜ਼ਾ ਦੇਣ ਦੀ ਕੋਈ ਵਿਵਸਥਾ ਨਹੀਂ ਸੀ ਡੀਜੀਸੀਏ ਵੱਲੋਂ ਬੈਂਗਲੌਰ ਹైదరాబాద్ ਤੇ ਨਵੀਂ ਦਿੱਲੀ ਵਿੱਚ ਕੀਤੀ ਗਈ ਜਾਂਚ ਸਾਹਮਣੇ ਆਇਆ ਸੀ ਕਿ 에ਅਰ ਇੰਡੀਆ ਨੇ ਗਲਤ ਤਰੀਕੇ ਨਾਲ ਕਈ ਯਾਤਰੀਆਂ ਨੂੰ ਬੋਰਡਿੰਗ ਤੋਂ ਮਨਾ ਕਰ ਦਿੱਤਾ ਸੀ ਜਦੋਂ ਕਿ ਉਹਨਾਂ ਕੋਲ ਵੈਧ ਟਿਕਟਸ ਸੀ ਤੇ ਉਹ 에ਅਰਪੋਰਟ ਤੇ ਵੀ ਮੌਜੂਦ ਸੀ ਡੀਜੀਸੀਏ ਨੇ ਵੈਧ ਟਿਕਟਾ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਸਵਾਰ ਹੋਣ ਤੋਂ ਇਨਕਾਰ ਕਰਨ ਤੇ 에ਅਰ ਇੰਡੀਆ ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਇਸ ਦੇ ਨਾਲ ਹੀ ਕੰਪਨੀਆਂ ਨੂੰ ਬੋਰਡਿੰਗ ਲੈ ਕੇ ਸਪਸ਼ਟ ਨੀਤੀ ਬਣਾਉਣ ਦੇ ਆਦੇਸ਼ ਦਿੱਤੇ ਗਏ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਨੇ ਹੁਣ 에ਅਰਲਾਈਨਾਂ ਲਈ ਬੋਰਡਿੰਗ ਨਾਲ ਸੰਬੰਧਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਡੀਜੀਸੀਏ ਨੇ 14 ਜੂਨ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਹਰ 에ਅਰਲਾਈਨ ਲਈ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੇਕਰ ਕਿਸੇ ਯਾਤਰੀ ਕੋਲ ਬੈਦ ਟਿਕਟ ਹੈ ਉਸ ਵਾਰ ਹੋਣ ਦੇ ਸਮੇਂ ਮੌਜੂਦ ਹੈ ਫਿਰ ਵੀ ਜੇਕਰ 에ਅਰਲਾਈਨ ਉਸ ਨੂੰ ਸਵਾਰ ਹੋਣ ਤੋਂ ਰੋਕਦੀ ਹੈ ਜਾਨੀ ਕਿ ਸਵਾਰ ਹੋਣ ਤੋਂ ਮਨ੍ਹਾ ਕਰ ਦਿੰਦੀ ਹੈ ਤਾਂ 에ਅਰਲਾਈਨ ਨੂੰ 10000 ਰੁਪਏ ਹਰਜਾਨੇ ਵਜੋਂ ਅਦਾ ਕਰਨੇ ਪੈਣਗੇ ਇਹ ਹਰਜਾਨਾ 24 ਘੰਟਿਆਂ ਵਿੱਚ ਬਦਲਵੇਂ ਪ੍ਰਬੰਧ ਕਰਨ ਤੇ ਯਾਤਰੀ ਨੂੰ ਉਹ ਅਦਾ ਕਰਨਾ ਹੋਵੇਗਾ ਜੇਕਰ 에어ਲਾਈਨ 24 ਘੰਟਿਆਂ ਚ ਯਾਤਰੀਆਂ ਲਈ ਕੋਈ ਬਦਲਮਾ ਪ੍ਰਬੰਧ ਨਹੀਂ ਕਰਦੀ ਤਾਂ ਉਸ ਨੂੰ 20000 ਰੁਪਏ ਤੱਕ ਦਾ ਹਰਜਾਨਾ ਦੇਣਾ ਪਵੇਗਾ। 에어 ਇੰਡੀਆ ਕੋਲ ਫਿਲਹਾਲ ਯਾਤਰੀਆਂ ਨੂੰ ਬੋਰਡਿੰਗ ਤੋਂ ਇਨਕਾਰ ਕਰਨ ਦੀ ਕੋਈ ਨੀਤੀ ਨਹੀਂ ਹੈ। ਨਾ ਹੀ 에어ਲਾਈਨ ਬੋਰਡਿੰਗ ਤੋਂ ਇਨਕਾਰ ਕੀਤੇ ਯਾਤਰੀਆਂ ਨੂੰ ਕੋਈ ਮੁਆਵਜ਼ਾ ਨਹੀਂ ਦਿੰਦੀ ਹੈ। ਡੀਜੀਸੀਏ ਨੇ ਕਿਹਾ ਕਿ 에어ਲਾਈਨ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਇੱਕ ਪ੍ਰਣਾਲੀ ਸਥਾਪਿਤ ਕਰਨ ਲਈ ਕਹਿ ਦਿੱਤਾ ਗਿਆ ਹੈ। ਜੇਕਰ 에어ਲਾਈਨ ਅਜਿਹਾ ਕਰਨ ਵਿੱਚ ਸਫਲ ਰਹੀ ਤਾਂ 에어ਲਾਈਨ ਦੇ ਖਿਲਾਫ ਹੋਰ ਕਦਮ ਚੁੱਕੇ ਜਾ ਸਕਦੇ ਨੇ। ਮੈਕਸੀਕੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇੱਕ ਮਾਲ ਵਾਹਕ ਟਰੱਕ ਵਿੱਚੋਂ ਭਾਰਤ ਸਮੇਤ 16 ਦੇਸ਼ਾਂ ਦੇ 368 ਪ੍ਰਵਾਸੀ ਮਿਲੇ ਮੈਕਸੀਕੋ ਦੇ ਰਾਸ਼ਟਰੀ ਇਮੀਗ੍ਰੇਸ਼ਨ ਇੰਸਟੀਚਿਊਟ ਮੁਤਾਬਕ ਟਰੱਕ 368 ਪ੍ਰਵਾਸੀਆਂ ਨੂੰ ਲਿਜਾ ਰਿਹਾ ਸੀ ਜਿਨ੍ਹਾਂ ਵਿੱਚ ਬੰਗਲਾਦੇਸ਼, ਪਾਰਾਤ, ਨੇਪਾਲ, ਯਮਨ, ਉਰਵੇਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਨਾਗਰਿਕ ਸ਼ਾਮਲ ਨੇ हां क्यूबा डोमिनिकन रिपब्लिक इक्वाडोर बोलिविया पेरू ਅਤੇ ਹੋਰ ਦੇਸ਼ਾਂ ਦੇ ਲੋਕ ਵੀ ਟਰੱਕ ਵਿੱਚ ਸਵਾਰ ਸੀ ਅਧਿਕਾਰੀਆਂ ਨੂੰ ਟਰੱਕ ਦੱਖਣੀ ਰਾਜ ਚਿਆ ਪਾਸ ਵਿੱਚ ਇੱਕ ਸੜਕ ਦੇ ਕਿਨਾਰੇ ਖੜਾ ਮਿਲਿਆ ਚਿਆ ਪਾਸ ਦੀ ਸਰਹੱਦ ਗਵਾਟੇਮਾਲਾ ਨਾਲ ਲੱਗਦੀ ਹੈ ਬੀਤੇ ਕੁਝ ਸਮੇਂ ਤੋਂ ਕਾਮਯਾਦੀ ਘਾਟ ਕਾਰਨ ਯੂਕੇ ਦੇ ਹਵਾਈ ਅੱਡਿਆਂ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਗਲੇ ਮਹੀਨੇ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋਣ ਦਾ ਖਦਸ਼ਾ ਹੈ ਗੈਟਵੇਕ ਹਵਾਈ ਅੱਡੇ ਤੋਂ ਕਾਮਯਾਦੀ ਘਾਟ ਕਾਰਨ ਉਡਾਣਾਂ ਵਿੱਚ ਕਟੌਤੀ ਕੀਤੀ ਗਈ ਹੈ ਹਵਾਈ ਅੱਡੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੁਲਾਈ ਮਹੀਨੇ ਰੋਜ਼ਾਨਾ ਉਡਾਣਾਂ 825 ਅਤੇ ਅਗਸਤ ਵਿੱਚ 850 ਉਡਾਣਾਂ ਚੱਲਣਗੀਆਂ ਜਦਕਿ ਇੱਕ ਸਾਲ ਪਹਿਲਾਂ ਇਨ੍ਹਾਂ ਦਿਨਾਂ ਵਿੱਚ ਇਹ ਗਿਣਤੀ 900 ਤੱਕ ਸੀ ਬੀਤੇ ਹਫ਼ਤਿਆਂ ਦੌਰਾਨ ਯੂਕੇ ਦੇ ਹਵਾਈ ਅੱਡਿਆਂ ਤੋਂ 10,000 ਤੋਂ ਵੱਧ ਪਾਟੀਆਂ ਨੇ ਉਡਾਣਾ ਰੱਦ ਹੋਣ ਜਾਂ ਦੇਰੀ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ ਗੈਟਵੇ ਖਵਾਈ ਅੱਡੇ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ 400 ਹੋਰ ਕਾਮਿਆਂ ਦੀ ਭਰਤੀ ਕੀਤੀ ਗਈ ਹੈ ਇਸ ਸਮੇਂ ਪੂਰੀ ਦੁਨੀਆ ਮਹਿੰਗਾਈ ਦੇ ਦੌਰ ਚੋਂ ਲੰਘ ਰਹੀ ਹੈ ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਸਮੁੱਚੇ ਉਤਪਾਦਾਂ ਦੀ ਸਪਲਾਈ ਕੜੀ ਵਿੱਚ ਰੁਕਾਵਟਾਂ ਪਈਆਂ ਨੇ ਇਹੋ ਕਾਰਨ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਤਾ ਹੋਇਆ ਡਾਲਰ ਦੀ ਤੁੱਲਾ ਵਿੱਚ ਰੁਪਈਆ ਹੇਠਲੇ ਪੱਧਰ ਤੇ ਪਹੁੰਚ ਗਿਆ ਹਵਾਈ ਜਹਾਜ਼ ਵਿੱਚ ਪੈਣ ਵਾਲੇ ਈਧਨ ਜਾਨਕਿ जेट फ्यूल ਦੀਆਂ ਕੀਮਤਾਂ ਵਿੱਚ ਵੀ ਪਿਛਲੇ ਸਮੇਂ ਤੋਂ ਰਿਕਾਰਡ ਵਾਧਾ ਦਰਜ ਹੋਇਆ ਸਪਾਈਸ ਜੈਟ ਕੰਪਨੀ ਦੇ ਸੀਐਮਡੀ ਅਜੇ ਸਿੰਘ ਨੇ ਕਿਹਾ ਕਿ ਜੈਟ ਫਿਊਲ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋ ਚੁੱਕਾ ਹੈ ਤੇ ਰੁਪਏ ਦੀ ਕੀਮਤ ਕਾਫੀ ਡਿੱਗ ਗਈ ਹੈ ਜਿਸ ਦੀ ਵਜ੍ਹਾ ਨਾਲ ਘਰੇਲੂ 에ਅਰਲਾਈਨਾਂ ਕੋਲ ਤੁਰੰਤ ਕਿਰਾਇਆ ਵਧਾਉਣ ਦੇ ਇਲਾਵਾ ਬਹੁਤ ਘੱਟ ਵਿਕਲਪ ਬਚੇ ਨੇ ਤਕਰੀਬਨ 10-15 ਫੀਸਦੀ ਕਰਾਇ ਵਿੱਚ ਵਾਧੇ ਦੀ ਲੋੜ ਹੈ ਤਾਂ ਕਿ ਹਵਾਈ ਸੰਚਾਲਨ ਸਚਾਰੂ ਰੂਪ ਨਾਲ ਜਾਰੀ ਰਹਿ ਸਕੇ ਉਹਨਾਂ ਨੇ ਕਿਹਾ ਕਿ 에ਅਰ ਟਰਬਾਈਨ ਫਿਊਲ ਭਾਅ ATF ਦੀਆਂ ਕੀਮਤਾਂ 'ਚ ਜੂਨ 2021 ਦੇ ਬਾਅਦ ਤੋਂ 120 ਫੀਸਦੀ ਦਾ ਵਾਧਾ ਕੀਤਾ ਜਾ ਚੁੱਕਾ ਹੈ ਭਾਰਤ ਦੇ ਵਿੱਚ ATF ਤੇ ਕਰ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ ਲਿਹਾਜ਼ਾ ਕੇਂਦਰ ਤੇ ਰਾਜ ਸਰਕਾਰਾਂ ਨੂੰ ATF ਕਰ ਵਿੱਚ ਤੁਰੰਤ ਕਟੌਤੀ ਕਰਨੀ ਚਾਹੀਦੀ ਹੈ ਨਿਊਜ਼ੀਲੈਂਡ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਨਿਊਜ਼ੀਲੈਂਡ ਨੇ ਇਸ ਹਫਤੇ ਯਾਤਰੀਆਂ ਨੂੰ ਜਾਨਕੀ 20 ਜੂਨ ਤੋਂ ਰਾਤ 11:59 ਮਿੰਟ ਤੋਂ ਬਾਅਦ ਕੋਵਿਡ-19 ਪ੍ਰੀਡ ਰਿਪੋਰਟ ਚ ਟੈਸਟ ਦੀ ਲੋਡ ਨਹੀਂ ਹੋਏਗੀ ਕੋਵਿਡ-19 ਪ੍ਰਤੀਕਿਰਿਆ ਮੰਤਰੀ ਆਇਸ਼ਾ ਵੇਰਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਮੰਤਰੀ ਆਇਸ਼ਾ ਮੁਤਾਬਕ ਅਸੀਂ ਆਪਣੀਆਂ ਸਰਹੱਦਾਂ ਨੂੰ ਮੁੜ ਖੋਲਣ ਲਈ ਇੱਕ ਸਾਵਧਾਨੀ ਭਰਪੂਰ ਅਤੇ ਪੜਾਵਾਰ ਪਹੁੰਚ ਅਪਣਾਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ਵੱਚ ਕੋਵਿਡ-19 ਮਾਮਲੇ ਦੁਬਾਰਾ ਨਾ ਵੱਧ ਸਕਣ ਸਾਡੀ ਰਣਨੀਤੀ ਨੇ ਕੰਮ ਕੀਤਾ ਹੈ ਅਤੇ ਨਤੀਜੇ ਵਜੋਂ ਪ੍ਰੀ ਡਿਪਾਰਚਰ ਟੈਸਟ ਦੀਆਂ ਜ਼ਰੂਰਤਾਂ ਨੂੰ ਬਹੁਤ ਜਲਦੀ ਖਤਮ ਕਰਨਾ ਸੁਰੱਖਿਅਤ ਹੈ ਉਹਨਾਂ ਨੇ ਕਿਹਾ ਕਿ ਲਗਭਗ 90% ਅੰਤਰਰਾਸ਼ਟਰੀ ਆਮਦ ਦੇਸ਼ ਵਿੱਚ ਆਉਣ ਤੋਂ ਬਾਅਦ ਆਪਣੀ ਲੜਿੰਦੀ ਜਾਂਚ ਕਰਵਾਉਂਦੇ ਨੇ ਸਿਰਫ 2-3% ਸਕਾਰਾਤਮਕ ਦਰ ਦੇ ਨਾਲ ਮੰਤਰੀ ਆਇਸ਼ਾ ਨੇ ਕਿਹਾ ਕਿ ਇੱਕ ਵਾਰ ਲੋਡ ਖਤਮ ਹੋਣ ਤੋਂ ਬਾਅਦ ਉਹ ਸਰਹੱਦੀ ਮਾਮਲਿਆਂ ਵਿੱਚ ਮਹੱਤਮਪੂਰਨ ਵਾਅਦੇ ਦੀ ਉਮੀਦ ਨਹੀਂ ਕਰਦੇ ਮੰਤਰੀ ਨੇ ਅੱਗੇ ਕਿਹਾ ਕਿ ਇੱਥੇ ਯਾਤਰਾ ਕਰਨ ਦਾ ਇਰਾਦਾ ਰੱਖਣ ਵਾਲੇ ਲੋਕਾਂ ਲਈ ਟੈਸਟ ਦੀ ਉਪਲਬਧਤਾ ਅਤੇ ਲਾਗਤ ਵਰਗੇ ਕਾਰਕ ਤੇਜ਼ੀ ਨਾਲ ਰੁਕਾਵਟ ਪਾ ਰਹੇ ਨੇ ਇਸ ਲਈ ਪ੍ਰੀ ਡਿਪਾਰਚਰ ਟੈਸਟ ਦੀਆਂ ਜ਼ਰੂਰਤਾਂ ਨੂੰ ਹਟਾਇਆ ਜਾ ਰਿਹਾ ਨਿਊਜ਼ੀਲੈਂਡ ਨੇ ਦੇਸ਼ ਵਿੱਚ ਦਾਖਲ ਹੋਣ ਵਾਲੀਆਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਨਿਊਜ਼ੀਲੈਂਡ ਆਉਣ ਵਾਲੀਆਂ ਯਾਤਰੀਆਂ ਨੂੰ ਹੁਣ 20 ਜੂਨ ਨੂੰ ਰਾਤ 11:59 ਮਿੰਟ ਤੋਂ ਬਾਅਦ ਕੋਵਿਡ-19 ਪ੍ਰੀ ਡਿਪਾਰਚਰ ਟੈਸਟ ਦੀ ਲੋੜ ਨਹੀਂ ਹੋਏਗੀ ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਵੱਧ ਗਈ ਹੈ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਵੀਜ਼ਾ ਅਰਜ਼ੀਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਨੇ ਬੁੱਧਵਾਰ ਨੂੰ ਨਵੀਂ ਸਰਕਾਰ ਦੇ ਇਮੀਗ੍ਰੇਸ਼ਨ ਸਟੇਨਸ਼ਿਪ ਪ੍ਰਵਾਸੀ ਸੇਵਾਵਾਂ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਓ ਗਾਇਲਜ਼ ਨੇ ਘੋਸ਼ਣਾ ਕੀਤੀ ਕਿ ਵੀਜ਼ਾ ਅਰਜ਼ੀਆਂ ਦੇ ਬੈਕਲੌਗ ਨੂੰ ਕਲੀਅਰ ਕਰਨਾ ਮੁੱਖ ਚਿੰਤਾ ਹੈ ਉਨ੍ਹਾਂ ਨੇ ਟਿੱਪਣੀ ਕੀਤੀ ਹੈ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਅਸਾਧਾਰਨ ਦੇਰੀ ਨੂੰ ਪਾਈ ਜਾ ਰਹੀ ਹੈ ਅਤੇ ਸਾਬਕਾ ਸਰਕਾਰ ਦੁਆਰਾ ਸਾਲਾਂ ਤੋਂ ਉਠਾਇਆ ਗਿਆ ਹੈ ਐਂਡਰਿਊ ਮੁਤਾਬਕ ਵਕਾਇਆ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਨਾ ਆਸਟ੍ਰੇਲੀਆਈ ਸਰਕਾਰ ਲਈ ਇੱਕ ਤਰਜੀਹ ਹੈ ਉਨ੍ਹਾਂ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਕੋਲ ਵੀਜ਼ਾ ਪ੍ਰੋਸੈਸਿੰਗ ਦੀ ਮੌਜੂਦਾ ਸਥਿਤੀ ਬਾਰੇ ਆਪਣੀਆਂ ਚਿੰਤਾਵਾਂ ਉਠਾਈਆਂ ਨੇ ਅਤੇ ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਵੀਜ਼ਾ ਅਰਜ਼ੀਆਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਹੁਣਾਂ ਮੁਤਾਬਕ ਪਿਛਲੀ ਸਰਕਾਰ ਨੇ ਸਕਿਲਡ ਵਰਕਰ ਵੀਜ਼ਾ ਅਰਜ਼ੀਆਂ ਦੀ ਗਿਣਤੀ ਦੇ ਅੰਕੜੇ ਜਾਰੀ ਨਹੀਂ ਕੀਤੇ ਸਨ ਜੋ ਸਮਾਂ ਹੋਈਆਂ ਸਨ। ਹਾਲਾਂਕਿ 2014 ਵਿੱਚ 195000 ਦੇ ਉੱਚ ਪੱਧਰ ਤੋਂ 2022 ਵਿੱਚ 96000 ਤੱਕ ਆਸਟ੍ਰੇਲੀਆ ਵਿੱਚ ਹੁਨਰਮੰਦ ਅਸਥਾਈ ਵੀਜ਼ਾ ਧਾਰਕਾਂ ਦੀ ਕੁੱਲ ਗਿਣਤੀ ਘਟੀ ਹੈ। Australian Chamber of Commerce and Industry ਦੇ CEO Andrew ਨੇ ਅਨੁਸਾਰ ਰੋਜ਼ਗਾਰਦਾਤਾ ਹੁਨਰਮੰਦ ਪ੍ਰਵਾਸੀਆਂ ਲਈ ਲੰਬੀ ਪ੍ਰੋਸੈਸਿੰਗ ਸਮਾਂ ਸੀਮਾਵਾਂ ਨਾਲ ਨਜਿੱਠ ਰਹੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਲੰਬੇ ਵੀਜ਼ਾ ਪ੍ਰੋਸੈਸਿੰਗ ਉਡੀਕਾਂ ਨੂੰ ਘਟਾਉਣ ਲਈ ਹੋਰ ਸਰੋਤਾਂ ਦੀ ਲੋੜ ਹੈ। 2018 ਦੇ ਬਾਅਦ ਤੋਂ 476 ਵੀਜ਼ਾ ਲਈ ਇੰਤਜ਼ਾਰ ਦਾ ਸਮਾਂ ਜੋ ਕਿ ਹਾਲ ਹੀ ਦੇ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਤਿਆਰ ਕੀਤਾ ਗਿਆ ਹੈ ਜੋ 18 ਮਹੀਨਿਆਂ ਤੱਕ ਆਸਟ੍ਰੇਲੀਆ ਵਿੱਚ ਰਹਿਣਾ, ਕੰਮ ਕਰਨਾ ਜਾਂ ਅਧਿਐਨ ਕਰਨਾ ਚਾਹੁੰਦੇ ਨੇ 48 ਮਹੀਨਿਆਂ ਤੱਕ ਵਧਕਿਆ ਹੈ। ਚੀਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੀਜਿੰਗ ਵੱਲੋਂ ਲਾਈਆਂ ਗਈਆਂ ਸਖਤ ਵੀਜ਼ਾ ਪਾਬੰਦੀਆਂ ਕਾਰਨ 2 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸੇ ਭਾਰਤੀ ਪੇਸ਼ੇਵਾਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਇਸ ਹਫ਼ਤੇ ਐਲਾਨ ਕੀਤਾ। ਇਸ ਤੋਂ ਇਲਾਵਾ ਚੀਨ ਸਰਕਾਰ ਚੀਨੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਵੀ ਨਿਪਟਾਰਾ ਕਰ ਰਹੀ ਹੈ ਜਿਨ੍ਹਾਂ ਨੇ ਪੜ੍ਹਾਈ ਲਈ ਆਪਣੇ ਕਾਲਜਾਂ ਤੇ ਯੂਨੀਵਰਸਟੀਆਂ ਵਿੱਚ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਸੋਮਵਾਰ ਨੂੰ ਭਾਰਤ ਵਿੱਚ ਸਥਿਤ ਚੀਨੀ ਦੂਤਕਰ ਨੇ 2 ਸਾਲਾਂ ਤੋਂ ਵੱਧ ਸਮੇਂ ਬਾਅਦ ਆਪਣੇ ਕੋਵਿਡ-19 ਵੀਜ਼ਾ ਨੀਤੀ ਨੂੰ ਅਪਡੇਟ ਕੀਤਾ ਜਿਸ ਤਹਿਤ ਸਾਰੇ ਖੇਤਰਾਂ ਵਿੱਚ ਕੰਮ ਮੁੜ ਸ਼ੁਰੂ ਕਰਨ ਲਈ ਚੀਨ ਪਰਤਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾ ਤੇ ਉਹਨਾਂ ਦੇ ਪਰਿਵਾਰਾਂ ਤੋਂ ਵੀਜ਼ਾ ਅਰਜ਼ੀਆਂ ਮੰਗੀਆਂ ਜਾਣਕੀਆਂ ਇਹ ਕਦਮ ਉਹਨਾਂ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਹੈ ਜੋ 2020 ਤੋਂ ਸਬ ਦੇਸ਼ ਵਿੱਚ ਫਸੇ ਹੋਏ ਨੇ ਪਿਛਲੇ ਮਹੀਨੇ ਚੀਨ ਵਿੱਚ ਰਹਿ ਰਹੇ ਕਈ ਭਾਰਤੀ ਪੇਸ਼ੇਵਰਾਂ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਭਾਰਤ ਵਿੱਚ ਫਸੇ ਆਪਣੇ ਪਰਵਾਰਾਂ ਨੂੰ ਵਾਪਸ ਆਉਣ ਦੀ ਆਗਿਆ ਦੇਣ ਲਈ ਬੀਜਿੰਗ ਤੇ ਦਬਾਅ ਪਾਉਣ ਦੀ ਅਪੀਲ ਕੀਤੀ ਸੀ ਨਵੀਂ ਦਿੱਲੀ ਸਥਿਤ ਚੀਨੀ ਦੂਤਕਾਰ ਨੇ ਕਿਹਾ ਕਿ ਭਾਰਤੀਆਂ ਤੋਂ ਇਲਾਵਾ ਉਹਨਾਂ ਚੀਨੀ ਅਤੇ ਵਿਦੇਸ਼ੀ ਨਾਗਰਿਕਾਂ ਦੇ ਪਰਿਵਾਰ ਵੀ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀਜ਼ਾ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲ ਚੀਨ ਤੋਂ ਸਥਾਈ ਨਿਵਾਸ ਪਰਮਿਟ ਹੈ ਪੋਲਿਸ ਕਲੀਅਰੈਂਸ ਸਰਟੀਫਿਕੇਟ ਜਾਨਕੀ ਪੀਸੀਸੀ ਦੀ ਮੰਗ ਕਰਨ ਵਾਲੇ ਨਿਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪੀਸੀਸੀ ਜਾਰੀ ਕਰਨ ਲਈ ਖੇਤਰੀ ਪਾਸਪੋਰਟ ਅਧਿਕਾਰੀ ਦਾ ਕੋਟਾ ਮੌਜੂਦ 450 ਅਪਾਇੰਟਮੈਂਟ ਰੋਜ਼ਾਨਾ ਤੋਂ ਵਧਾ ਕੇ 600 ਕਰ ਦਿੱਤਾ ਗਿਆ ਇਸ ਹਫਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਧਿਕਾਰੀ ਜਸ਼ਪਾਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਜਲੰਧਰ ਦੇ ਆਰ ਪੀਓ ਵੱਲੋਂ ਬੇਨਤੀ ਕਰਨ ਤੇ ਲੋਕਾਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਜਸ਼ਪਾਲ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪੀਸੀਸੀ ਨਿਰਵਿਘਨ ਅਤੇ ਉਚਿਤ ਢੰਗ ਨਾਲ ਪ੍ਰਾਪਤ ਕਰਨ ਵਿੱਚ ਬਦਦਤ ਮਿਲੇਗੀ ਉਹਨਾਂ ਨੇ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੇ ਹਾਲ ਹੀ ਵਿੱਚ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਦੀ ਸਹੂਲਤ ਲਈ ਇਸ ਕੋਟੇ ਨੂੰ ਵਧਾਉਣ ਲਈ ਮੰਤਰਾਲੇ ਨੂੰ ਵਿਸਤਾਰ ਅਤੇ ਤਸਵੀਜ਼ ਵੀ ਭੇਜੀ ਗਈ ਹੈ ਪਹਿਲਾਂ ਅਪੁਆਇੰਟਮੈਂਟ 135 ਰੋਜ਼ਾਨਾ ਸੀ ਪਰ ਪੀਸੀਸੀ ਦੀ ਮੰਗ ਰੋਜ਼ਾਨਾ ਵਧ ਰਹੀ ਸੀ ਇਸ ਲਈ ਆਰਪੀਓ ਇਸ ਮੁੱਦੇ ਨੂੰ ਐਮਈਏ ਅੱਗੇ ਉਠਾਇਆ ਕਿਹਾ ਜਿਸ ਨੂੰ ਵਧਾ ਕੇ ਅੱਗੇ 180 ਕਰ ਦਿੱਤਾ ਗਿਆ ਆਰਪੀਓ ਵੱਲੋਂ ਫਿਰ ਬੇਨਤੀ ਕਰਨ ਤੇ ਕੋਟੇ ਨੂੰ ਹਾਲ ਹੀ ਵਿੱਚ ਵਧਾ ਕੇ 270 ਤੇ ਫਿਰ 450 ਕੀਤਾ ਗਿਆ ਤੇ ਹੁਣ ਇਸ ਨੂੰ 600 ਪੀਸੀ ਰੋਜ਼ਾਨਾ ਤੱਕ ਵਧਾ ਦਿੱਤਾ ਗਿਆ ਪਾਸਪੋਰਟ ਨਾਲ ਸੰਬੰਧਤ ਬਿਹਤਰੀਨ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਰਪੀਓ ਨੇ ਕਿਹਾ ਕਿ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਕੋਈ ਘਾਟ ਬਾਕੀ ਨਹੀਂ ਛੱਡੀ ਜਾਏਗੀ ਉਨ੍ਹਾਂ ਨੇ ਕਿਹਾ ਕਿ ਹਰ ਸੇਵਾ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਮਹੱਈਆ ਕਰਵਾਈ ਜਾ ਰਹੀ ਹੈ ਇਸਤੋਂ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਜਾਣਕਾਰੀ ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੀ ਮੈਂ ਬਹੁਤ ਸਾਰੀ ਜਾਣਕਾਰੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਲੈ ਕੇ ਫਿਲਹਾਲ ਬਰਨ ਕੌਰ ਮਾਨ ਨੂੰ ਦਿਵਾ ਗਿਆ ਦੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਾਥਰੀ ਆਕਾਲ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਏ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ